ਆਰਿਆ ਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਵਿਆਹ ਸ਼ਰਦੀਆਂ ਵਾਲਿਆਂ ਲਈ ਕੇਂਦਰ ਸਰਕਾਰ ਵੱਲੋਂ ਆਰੀਆ ਇਹ ਵੱਡੀ ਖਬਰ ਦੇਣਾ ਪਵੇਗਾ ਹੁਣ ਸਰਕਾਰ ਨੂੰ ਵੀ 8000 ਜਾਨਾਂ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਦੋਸਤੋ ਤੁਹਾਨੂੰ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਦਾਰ ਅਸਲ ਜੇਕਰ ਤੁਸੀਂ ਵਿਆਹ ਦੇ ਉੱਤੇ ਖਰਚਾ 5 ਲੱਖ ਰੁਪਏ ਤੋਂ ਉੱਪਰ ਕਰਦੇ ਹੋ ਤਾਂ ਤੁਹਾਨੂੰ 96000 ਵਸਤੂ ਅਤੇ ਸੇਵਾ ਟੈਕਸ ਦੇਣਾ ਪਵੇਗਾ ਜੀ ਹਾਂ ਜੀਐਸਟੀ ਤੁਹਾਨੂੰ ਹੁਣ ਭਰਨਾ ਪਵੇਗਾ ਇਸ ਦੇ ਨਾਲ ਆਮ ਜਨਤਾ ਦੀ ਜੇਬ ਦੇ ਉੱਤੇ ਬਹੁਤ ਸਾਰਾ ਬੋਝ ਪੈਣਾ ਸ਼ੁਰੂ ਹੋ ਜਾਵੇਗਾ ਬੇਸ਼ੱਕ ਲੋਕਾਂ ਵੱਲੋਂ ਕਰੋਨਾ ਵਿੱਚ ਵਿਆਹ ਸਮਾਗਮ ਕੀਤੇ ਗਏ ਹੁਣ ਪਰ ਹੁਣ ਢਿੱਲ ਮਿਲਣ ਦੇ ਕਰਕੇ ਲੋਕਾਂ ਵੱਲੋਂ ਵਿਆਹ ਸਮਾਗਮ ਤੇਜ਼ੀ ਦੇ ਨਾਲ ਕੀਤੇ ਜਾ ਰਹੇ ਹਨ ਇਸ ਨਾਲ ਹੀ ਕੇਂਦਰ ਸਰਕਾਰ ਹੁਣ ਲੋਕਾਂ ਦੇ ਉੱਤੇ ਹੋਰ ਬੋਝ ਪਾਉਣ ਦੀ ਤਿਆਰੀ ਕਰ ਰਹੀ ਹੈ ਮੈਰਿਜ ਪੈਲਸ ਬੁੱਕ ਕਰਵਾਉਣਾ ਹੋਵੇ ਜਾਂ ਟੈਂਟ ਦਾ ਖਰਚਾ ਕਰਨਾ ਹੋਵੇ ਹੁਣ ਉਸ ਉੱਤੇ ਵਸਤੂ ਸੇਵਾ ਟੈਕਸ ਲੱਗੇਗਾ ਜਿਸ ਨਾਲ ਆਮ ਲੋਕਾਂ ਦੇ ਉੱਤੇ ਬੋਝ ਵਧ ਰਿਹਾ ਹੁਣ ਵਿਆਹ ਸਮਾਗਮਾਂ ਉੱਤੇ ਜੇਕਰ 5 ਲੱਖ ਰੁਪਏ ਤੋਂ ਵੱਧ ਖਰਚ ਕੀਤਾ ਗਿਆ ਤਾਂ ਤੁਹਾਨੂੰ 96000 ਰੁਪਏ ਦਾ ਵਸਤੂ ਅਤੇ ਸੇਵਾ ਟੈਕਸ ਭਰਨਾ ਪੈਗਾ ਇਹ ਖਬਰ ਆਉਣ ਤੋਂ ਬਾਅਦ ਹੁਣ ਲੋਕ ਵਿਆਹ ਸਮਾਗਮਾਂ ਦੇ ਉੱਤੇ ਖਰਚੇ ਵੀ ਹਿਸਾਬ ਦੇ ਨਾਲ ਕਰਨ ਲੱਗ ਪਏ ਨੇ ਤਾਂ ਜੋ ਉਹਨਾਂ ਨੂੰ ਸਰਕਾਰ ਦੀ ਜੇਬ ਗਰਮ ਨਾ ਕਰਨੀ ਪਵੇ ਸਰਕਾਰ ਨੂੰ ਪੈਸਾ ਨਾ ਦੇਣਾ ਪਵੇ ਉਹ ਸਰਕਾਰ ਦੇ ਇਸ ਨਵੇਂ ਨਿਯਮ ਤੋਂ ਬਚ ਜਾਣ ਜਿਕਰਯੋਗ ਹੈ ਕਿ ਕਰੋਨਾ ਮਹਾਮਾਰੀ ਤੋਂ ਬਾਅਦ ਕਾਫੀ ਚੀਜ਼ਾਂ ਦੇ दाम ਵਧ ਗਏ ਨੇ ਹੁਣ ਵਿਆਹ ਸਮੇਂ ਫੋਟੋਗ੍ਰਾਫੀ ਸਮੇਤ ਬਿਊਟੀ ਪਾਰਲਰਾਂ ਕੱਪੜੇ ਖਰੀਦਣ ਦੇ ਨਾਲ-ਨਾਲ ਗਹਿਣੇ ਵੀ ਮਹਿੰਗੇ ਪਾਉ ਉਤੇ ਖਰੀਦਣੇ ਪੈਣਗੇ ਕਿਉਂਕਿ ਹਰ ਇੱਕ ਚੀਜ਼ ਮਹਾਮਾਰੀ ਤੋਂ ਬਾਅਦ ਆਪਣੇ ਪਦਾ ਪਾਪ ਦਾ ਚੁੱਕੀ ਆ ਹੁਣ ਆਮ ਪਰਿਵਾਰਾਂ ਨੂੰ ਵਿਆਹ ਸਮਾਗਮਾਂ ਦੌਰਾਨ 1 ਲੱਖ ਤੋਂ ਉੱਪਰ ਖਰਚ ਕਰਨੇ ਪੈਣਗੇ ਇਸ ਦੇ ਨਾਲ ਉਹਨਾਂ ਦੀ ਜੇਬ ਉੱਤੇ ਵੱਡਾ ਅਸਰ ਪੈਣ ਵਾਲਾ ਹੈ ਆਮ ਪਰਿਵਾਰਾਂ ਲਈ ਇਹ ਹੁਣ ਵੱਡਾ ਝਟਕਾ ਇੱਕ ਸਮੱਸਿਆ ਵੀ ਆ ਪਹਿਲਾਂ ਤੋਂ ਮੰਗਾਈ ਨੇ ਲੋਕਾਂ ਦਾ ਦਮ ਤੋੜ ਕੇ ਲੱਕ ਤੋੜ ਕੇ ਰੱਖ ਦਿੱਤਾ ਉਤੋਂ ਇਹ ਕੇਂਦਰ ਸਰਕਾਰ ਦਾ ਨਵਾਂ ਫਰਮਾਨ ਲੋਕਾਂ ਦੇ ਲਈ ਹੋਰ ਮੁਸ਼ਕਲ ਖੜੀ ਕਰ ਰਿਹਾ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਫਰਮਾਨ ਦੇ ਬਾਬਤ ਕਮੈਂਟ ਸੈਕਸ਼ਨ ਚ ਲਿਖੋ ਧੰਨਵਾਦ